ਇਸ ਦੇ ਨਾਲ ਹੀ ਸਰ ਸੱਤ ਪੁਲਿਸ ਸਟੇਸ਼ਨਸ ਦੇ ਵਿੱਚ ਸਾਡੇ ਆਊਟਰੀਚ ਸੈਂਟਰਸ ਨੇ। ਥੋੜਾ ਜਿਹਾ ਬੈਕਗ੍ਰਾਉਂਡ ਇੱਕ ਸਾਈਡ ਤੁਹਾਨੂੰ ਦੱਸ ਦੋ, ਜੇ ਕੋਈ ਉਦੋਂ ਗੱਲ ਕਰਨੀ ਹੈ ਜਾਂ ਫਿਰ ਆਪਾਂ ਉਹਦੇ ਨਾਲ ਇੰਟਰੈਕਸ਼ਨ ਕਰ ਲੈਂਦੇ ਹਾਂ। ਵੀ ਕੈਨ ਸਟਾਰਟ ਫਰੋਮ ਸੁਰਿੰਦਰ ਜੀ ਚੱਲਦਾ ਹੋਈ ਤੁਸੀਂ ਸ਼ਹਿਰ ਦੇ ਬੰਦੇ ਹੋ ਜੀ। ਸ਼ਹਿਰ ਜਿਹੜਾ ਬਹੁਤ ਵੱਡਾ ਹੋ ਚੁੱਕਿਆ ਹੈ ਅਤੇ ਪੁਲਿਸ ਸਟੇਸ਼ਨ ਹੈ ਜਿਹੜਾ ਉਹ ਇੱਕ ਪੁਲਿਸ ਸਟੇਸ਼ਨ ਅਤੇ ਬੋਸ ਵੀ ਸ਼ਹਿਰ ਨੂੰ ਮਿਲੂਗੀ ਅਤੇ ਦੂਜੀ ਗੱਲ ਇਹ ਕਹਿ ਕੇ ਰੋਡ 'ਤੇ ਵੀ ਉਹ ਟਾਈਮਿੰਗ ਫਿਕਸ ਕਰ ਦੇਣੀ ਚਾਹੀਦੀ ਹੈ ਕਿ ਜਿਵੇਂ ਵੀ ਸ਼ੁਰੂ ਕਰਨਾ ਚਾਹੀਦਾ ਅਤੇ ਇਹੀ ਮੇਰੇ ਸੁਝਾਅ ਨੇ। ਥੈਂਕ ਯੂ ਵੈਰੀ ਮਚ। ਠੀਕ ਹੈ ਨਾਲੇ ਇਸ ਤੋਂ ਇਲਾਵਾ ਤੁਸੀਂ ਉਹ ਡਰਾਈਵ ਲਾਂਚ ਕੀਤਾ, ਬੜੀ ਚੰਗੀ ਗੱਲ ਹੈ। ਟਾਈਮ ਟੂ ਟਾਈਮ ਡਰਾਈਵ ਲਾਂਚ ਬੜਾ ਮਸਲਾ ਹੈ ਅੱਜ ਦੇ ਉਹ ਬੜੇ ਜੋ ਹੋਣ ਘੱਟੋ ਘੱਟ ਉਹਨਾਂ ਦੀ ਲਾਈਟ ਜਿਹੜੀ ਹੈ ਉਹ ਉੱਥੇ ਤੱਕ ਹੋਣੀ ਚਾਹੀਦੀ ਹੈ ਜਿਵੇਂ ਲਾਈਟਸ ਹੋਣ ਜੋ ਰਾਤ ਦੇ ਟਾਈਮ 'ਤੇ ਵੀ ਘੱਟੋ ਘੱਟ ਆਧਾ ਕਿਲੋਮੀਟਰ 1 ਕਿਲੋਮੀਟਰ ਤੋਂ ਨਜ਼ਰ ਆ ਜਾਵੇ। ਸਭ ਤੋਂ ਪਹਿਲਾਂ ਸਰ ਮੈਂ ਬਹੁਤ ਸਵਾਗਤ ਸ਼ਾਮ ਨੂੰ ਮੈਂ ਸਾਂਝ ਕੇਂਦਰ ਨੂੰ ਫੋਨ ਕੀਤਾ ਅਤੇ ਅੱਜ ਜਿਹੜੇ ਉਹ ਟੋਏ ਸੀ ਉਹ ਭਰ ਗਏ ਪਰ ਸ਼ਾਮ ਨੂੰ ਕੀਤਾ ਜੀ। ਇਸ ਤੋਂ ਇਲਾਵਾ ਜੋ ਜਿਹੜੇ ਖੰਨਾ ਆ ਕੇ ਦੇਖੋ ਮੈਨੂੰ ਬੜਾ ਚੰਗਾ ਲੱਗਿਆ। ਮੈਂ ਇੱਥੇ ਇੱਕ ਤੋਂ ਲੋਕਾਂ ਦਾ ਬੜਾ ਉਤਸ਼ਾਹ ਦੇਖਿਆ, ਪਾਰਟੀਸਪੇਸ਼ਨ ਦੇਖਿਆ ਔਰ ਇੱਕ ਬੜੀ ਸੰਜੀਦਗੀ ਔਰ ਅਵੇਅਰਨੈਸ ਔਰ ਜੋ ਹੈ ਨਾ ਐਂਥੂਸੀਆਜ਼ਮ ਇਹ ਪਬਲਿਕ ਦੀ ਸਮੱਸਿਆਵਾਂ ਨੂੰ ਲੈ ਕੇ। ਸੋ ਸਾਰੀ ਡਿਸਕਸ ਕੀਤੀ ਜਿਵੇਂ ਕਿ ਟ੍ਰੈਫਿਕ ਦੀ ਸਮੱਸਿਆ ਸੀਗੀ, ਖੰਨਾ ਦੀ ਬੜੀ ਇੱਕ ਅਹਿਮ ਸਮੱਸਿਆ ਹੈਗੀ। ਉਹਦੇ ਲਈ ਮੈਂ ਸੁਜੈਸਟ ਕੀਤਾ ਹੈ ਕਿ ਇੱਕ ਪਰਮਾਨੈਂਟ ਕਮੇਟੀ ਬਣਾਈ ਜਾਏ ਜਿਹਦੇ ਵਿੱਚ SSP ਸਾਹਿਬ ਹੋਣ, DC SDM ਸਾਹਿਬ ਹੋਣ, ਚੇਅਰਮੈਨ ਮਿਊਂਸੀਪਲ ਕੌਂਸਲ ਹੋਣ ਅਤੇ ਇਸ ਤੋਂ ਇਲਾਵਾ ਐਗਜ਼ੀਕਿਊਟਿਵ ਆਫਿਸਰ ਜਾਂ ਹੋਰ ਜਿਹੜੇ ਕੁਛ ਸੱਜਣ ਹਨ। ਸੋ ਉਹ ਇਸ ਨੂੰ ਕੰਟੀਨਿਊਸਲੀ ਹੈਂਡਲ ਕਰਨ ਕਿਉਂਕਿ ਇਹ ਪ੍ਰੋਬਲਮ ਸਮੱਸਿਆ ਜਿਹੜੀ ਹੈਗੀ ਉਹ ਵਨ ਟਾਈਮ ਸੋਲਵ ਕਰਨ ਵਾਲੀ ਨਹੀਂ। ਇਹਦੇ ਵਿੱਚ ਇੰਜੀਨੀਅਰਿੰਗ ਵੀ ਆਉਂਦੀ ਹੈ, ਇਹਦੇ ਵਿੱਚ ਟ੍ਰੈਫਿਕ ਲਾਈਟਸ ਵੀ ਆਉਂਦੀਆਂ ਹੈਗੀਆਂ, ਇਹਦੇ ਵਿੱਚ ਜਿਹੜੇ ਉਹ ਰੇੜੀ ਲੱਗਦੀਆਂ ਹੈਗੀਆਂ, ਮਾਰਕੀਟਸ ਹੈ ਉਹਨਾਂ ਦੇ ਨਾਲ ਟਾਈਮ ਟੂ ਟਾਈਮ ਗੱਲ ਕਰਨ ਵਾਲੀ ਵੀ, ਨੈਗੋਸ਼ੀਏਸ਼ਨ ਕਰਨ ਵਾਲੀ ਗੱਲ ਵੀ ਹੈਗੀ, ਕੋਆਪਰੇਸ਼ਨ ਸਾਰਿਆਂ ਦਾ ਚਾਹੀਦਾ। ਸੋ ਇਹ ਪੱਕੇ ਤੌਰ 'ਤੇ ਜੋ ਹੈ ਕਮੇਟੀ ਇੱਥੇ ਮੈਂ ਸੁਜੈਸਟ ਕੀਤੀ ਹੈ ਅਤੇ ਸਾਰੇ ਅੱਜ ਇਹਨਾਂ ਨੇ ਐਗਰੀ ਕੀਤਾ ਹੈ ਕਿ ਉਸ 'ਤੇ ਕੰਮ ਕਰਨਗੇ। ਤਾਂ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਇਸਦੀ ਖੰਨਾ ਦੀ ਟ੍ਰੈਫਿਕ ਪ੍ਰੋਬਲਮ ਅਤੇ ਇਸ ਚੀਜ਼ ਦਾ ਬੜਾ ਫਰਕ ਹੋਏਗਾ। ਇਸ ਤੋਂ ਇਲਾਵਾ ਦੂਸਰਾ ਬੜਾ ਚੰਗਾ ਸੁਜੈਸ਼ਨ ਜਿਹੜਾ ਸੀਗਾ ਕਿ ਪਿੰਡਾਂ ਲੈਵਲ 'ਤੇ ਜਾਂ ਸ਼ਹਿਰਾਂ ਲੈਵਲ ਡਿਸਪਿਊਟ ਹੁੰਦੇ ਔਰ ਡਿਸਪਿਊਟ 'ਤੇ ਇਮੀਡੀਏਟਲੀ ਪੁਲਿਸ ਦਾ ਇਨਵੋਲਵਮੈਂਟ ਅਗਰ ਨਾ ਰਹੇ ਛੋਟੇ ਮੋਟੇ ਡਿਸਪਿਊਟਸ ਦੇ ਵਿੱਚ ਤਾਂ ਕਾਫੀ ਹੱਦ ਤੱਕ ਜੋ ਹੈ ਉਹ ਸਿਚੁਏਸ਼ਨ ਕੰਪਲੀਕੇਟ ਹੋਣ ਤੋਂ ਬਚ ਸਕਦੀ ਹੈ ਕਿਉਂਕਿ FIR ਦਰਜ ਹੋ ਜਾਂਦੀ ਹੈ, ਫਿਰ ਕੋਰਟ ਕਚਹਿਰੀਆਂ ਦੇ ਚੱਕਰ ਪੈ ਜਾਂਦੇ ਆ। ਸੋ ਉਹ ਸੁਜੈਸ਼ਨ ਨੂੰ ਮੁੱਖ ਰੱਖਦੇ ਹੋਏ ਮੈਂ ਸੁਜੈਸਟ ਕੀਤਾ ਹੈ ਕਿ ਥਾਣੇ ਲੈਵਲ 'ਤੇ ਡਿਸਪਿਊਟ ਰੈਜ਼ੋਲਿਊਸ਼ਨ ਕਮੇਟੀਆਂ ਬਣਾਈ ਜਾਣ। ਖੰਨਾ ਤੋਂ ਅਸੀਂ ਸ਼ੁਰੂਆਤ ਕਰ ਰਹੇ ਹਾਂ ਉਸਦੀ ਔਰ ਉਹਦਾ ਕੰਮ ਇਹ ਹੋਏਗਾ ਕਿ ਜੋ ਇਨੀਸ਼ੀਅਲ ਕੋਈ ਡਿਸਪਿਊਟ ਆਉਂਦੇ ਨਿੱਕੇ ਮੋਟੇ ਮੁਹੱਲਿਆਂ ਦੇ ਪਿੰਡਾਂ ਦੇ, ਪਹਿਲੇ ਉਹ ਡਿਸਪਿਊਟ ਰੈਜ਼ੋਲਿਊਸ਼ਨ ਕਮੇਟੀ ਉਸਨੂੰ ਦੇਖੇ, ਕੋਸ਼ਿਸ਼ ਕਰੇ ਕਿ ਐਮੀਕੇਬਲੀ ਜਿਹੜਾ ਨਾ ਭਾਈਚਾਰਾ ਬਣਾ ਰਹੇ, ਆਪਸ ਦੇ ਵਿੱਚ ਪਿਆਰ ਬਣਾ ਰਹੇ
ਇੱਕ ਨਿੱਕੀ ਜਿਹੀ ਗੱਲ ਜੋ ਹੈ ਆ ਗਏ ਇੱਕ ਬੜੀ ਉਸਦੀ ਡਿਸਪਿਊਟ ਦਾ ਇੱਕ ਉਹ ਨਾ ਬਣੇ ਇੱਕ ਬੰਦਾ ਉਹ ਰਿਕਵਰ ਹੋ ਗਈ ਆਲਰੇਡੀ ਉਹ ਰਿਕਵਰ ਹੋ ਗਏ ਪੜ੍ਹ ਲਏ ਬੰਦੇ ਮੈਨੂੰ ਮੈਂ ਵੀ ਜਾਊਂਗਾ ਲੁਧਿਆਣਾ ਮੈਂ ਜਾ ਰਿਹਾ ਮੈਨੂੰ ਡਿਟੇਲ ਮੈਂ ਉੱਥੇ ਜਾ ਕੇ ਕਰਾਂਗਾ ਇੱਥੇ ਤੁਸੀਂ ਖੰਨਾ ਦੀ ਗੱਲ ਕਰੋ ਕਿਉਂਕਿ ਇੱਥੇ ਦਾ ਮੈਂ ਹੁਣ ਆਇਆ ਹੈ ਤੁਹਾਡੇ ਨਾਲ ਮੈਂ ਜੋ ਹੈ ਗੱਲ ਕਰਨੀ ਹੈ ਔਰ ਇੱਥੇ ਦੇ ਮਸਲੇ ਅਸੀਂ ਡਿਸਕਸ ਕਰਨੇ ਪਹਿਲੇ ਉਹਦੀ ਦੇਖੋ ਸੋਸ਼ਲ ਮੀਡੀਆ ਤੋਂ ਇੱਕ ਐਸੀ ਚੀਜ਼ ਹੈ ਇਸਨੂੰ ਕਿਵੇਂ ਯੂਜ਼ ਕਰਨਾ ਉਹ ਸਾਡੇ 'ਤੇ ਡਿਪੈਂਡ ਕਰਦਾ ਮੈਂ ਤੁਹਾਨੂੰ ਹੁਣ ਕੱਲ੍ਹ ਦਾ ਵਾਕਿਆ ਦੱਸਾਂ ਕਿ ਅਸੀਂ ਹੁਣ ਮੈਂ ਸ਼ੁਰੂਆਤ ਕੀਤੀ ਸੀਗੀ ਉਹ ਵਟਸਐਪ ਗਰੁੱਪ ਬਣਾਉਣ ਦੀ ਲੋਕਾਂ ਦੇ ਅਤੇ ਪੁਲਿਸ ਦੇ ਨਾਲ ਮੈਂ ਕਹਿੰਦਾ ਸੀਗਾ ਵੀ ਇਹਦੇ ਵਿੱਚ ਲੋਕ ਗਰੁੱਪ ਬਣਾ ਕੇ ਪਤਾ ਨਹੀਂ ਕੀ ਪਾਈ ਜਾਂਦੇ ਆ ਕੀ ਉਹ ਜੋਕਸ ਕੀ ਜਿਹਨਾਂ ਦਾ ਕੋਈ ਫਾਇਦਾ ਹੀ ਨਹੀਂ ਤਾਂ ਕਿਉਂ ਨਾ ਇਸਨੂੰ ਇਹ ਸਾਡੇ ਕੋਲ ਇਤਨਾ ਚੰਗਾ ਮੀਡੀਅਮ ਹੈ ਅਤੇ ਫਰੀ ਦੇ ਵਿੱਚ ਇਨਫੋਰਮੇਸ਼ਨ ਟਰੈਵਲ ਹੋ ਰਹੀ ਹੈ ਔਰ ਪੁਲਿਸ ਨੂੰ ਕੀ ਚਾਹੀਦਾ ਲੋਕਾਂ ਤੋਂ ਇਨਫੋਰਮੇਸ਼ਨ ਚਾਹੀਦੀ ਹੈ ਆਪਸ ਦੇ ਵਿੱਚ ਲੋਕਾਂ ਨੂੰ ਕੀ ਚਾਹੀਦਾ ਕਿ ਇਨਫੋਰਮੇਸ਼ਨ ਪੁਲਿਸ ਤੋਂ ਚਾਹੀਦੀ ਹੈ ਤਾਂ ਇਹਨੂੰ ਕਿਉਂ ਨਾ ਕੰਸਟਰਕਟਿਵਲੀ ਅਸੀਂ ਯੂਜ਼ ਕਰੀਏ ਤਾਂ ਅਸੀਂ ਉਹ ਉੱਥੇ ਦੇਖੋ ਤੁਹਾਨੂੰ ਖੁਸ਼ੀ ਹੋਏਗੀ ਜਾਣ ਕੇ ਕਿ 70,000 ਦੀ ਫੋਜ ਸੀ ਸੰਗਰੂਰ ਦੇ ਵਿੱਚ ਉਹ ਜੋ ਹੈ ਇਨਫੋਰਮੇਸ਼ਨ ਪੁਲਿਸ ਨੇ ਪਾ ਦਿੱਤੀ ਵਟਸਐਪ ਲੋਕਾਂ ਨੇ ਇਮੀਡੀਏਟਲੀ ਦੱਸਿਆ ਜੀ ਉਹ ਟੀ ਸ਼ਰਟ ਪਾਏ ਬੰਦਾ ਤਾਂ ਸਾਡੇ ਪਿੰਡ ਦਾ ਉਹ ਫੜਿਆ ਉਹ ਕੇਸ ਟ੍ਰੇਸ ਹੋ ਗਿਆ ਤਾਂ ਉਹੀ ਕੋਆਪਰੇਸ਼ਨ ਸਾਨੂੰ ਹੋਣਾ ਚਾਹੀਦਾ ਸੋਸ਼ਲ ਮੀਡੀਆ ਨੂੰ ਅਸੀਂ ਪੋਜ਼ਿਟਿਵ ਯੂਜ਼ ਕਰ ਠੀਕ ਹੈ ਜੀ ਪੂਰੀ ਹੋ ਰਹੀ ਹੈ ਅਸੀਂ ਬਣਾ ਰਹੇ ਹਾਂ ਪੂਰੀ ਸਕੀਮ ਬਣਾ ਰਹੇ ਹਾਂ ਜੀ ਔਰ ਕਿਉਂਕਿ ਇਸ ਨੂੰ ਪ੍ਰੋਪਰਲੀ ਅਸੀਂ ਹੈਂਡਲ ਕਰਨਾ ਚਾਹੁੰਦੇ ਹਾਂ ਤਾਂ ਜਲਦੀ ਹੀ ਉਸਦੇ ਯੂਜ਼ ਕਰ ਠੀਕ ਪਰਵਿੰਦਰ ਸਿੰਘ ਮੈਂ ਸਮਰਾਲੇ ਤੋਂ ਜੀ 71 ਸਬ ਡਿਵੀਜ਼ਨ ਪੁਲਿਸ ਥਾਨ ਕੇਂਦਰ ਸਮਰਾਲਾ ਪਾਣਜੋਗ ADGB ਸਾਹਿਬ ਚੌਧਰੀ ਸਾਹਿਬ ਪੁਲਿਸ ਜ਼ਿਲ੍ਹਾ ਖੰਨਾ ਦੇ ਸਮੂਹ ਸਾਂਝ ਕੇਂਦਰ ਜਿੰਨੇ ਉਹਨਾਂ ਦੇ ਮੈਂਬਰ ਉਹਨਾਂ ਦੇ ਅਫਸਰ ਸਾਹਿਬਾਨ ਉਹਨਾਂ ਨਾਲ ਮੀਟਿੰਗ ਕਰਨ ਆਏ ਸੀਗੇ ਅਤੇ ਬੜਾ ਵਧੀਆ ਲੱਗਿਆ ਉਹਨਾਂ ਨੇ ਸੁਝਾਅ ਮੰਗੇ ਨੇ ਵੀ ਸਾਂਝ ਕੇਂਦਰਾਂ ਦੇ ਵਿੱਚ ਕੀ ਕੰਮ ਹੋ ਰਹੇ ਨੇ ਉਹ ਪ੍ਰੋਪਰ ਹੋ ਰਹੇ ਨੇ ਜਾਂ ਉਹਨਾਂ ਦੀ ਕੋਈ ਕਮੀਆਂ ਪੇਸ਼ੀਆਂ ਨੇ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਕੰਪਲੇਂਟ ਨਹੀਂ ਲੱਗੀ ਹੈਗੀ ਵੀ ਲੋਕਾਂ ਨੂੰ ਖੱਜਲ ਖੁਆਰੀ ਹੁੰਦੀ ਹੋਵੇ ਜਾਂ ਪਰੇਸ਼ਾਨੀ ਹੁੰਦੀ ਹੋਵੇ ਨਾਲ ਹੀ ਨਾਲ ਉਹਨਾਂ ਨੇ ਹੋਰ ਵੀ ਲੋਕਾਂ ਨਾਲ ਸਹਿਯੋਗ ਵਧਾਉਣ ਦੇ ਲਈ ਅਫਸਰ ਸਾਹਿਬਾਨ ਨੂੰ ਡਾਇਰੈਕਸ਼ਨ ਕੀਤੀ ਆ ਵੀ ਲੋਕਾਂ ਨਾਲ ਤਾਲਮੇਲ ਵਧਾ ਕੇ ਜੋ ਵੀ ਪਬਲਿਕ ਦੇ ਕੰਮ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਤਾਂ ਸਾਰੇ ਹੀ ਅਫਸਰ ਸਾਹਿਬਾਨ ਅਤੇ ਅਸੀਂ ਸਾਰੇ ਸਾਂਝ ਕੇਂਦਰ ਮੈਂਬਰ ਸਾਹਿਬਾਨ ਹਨ ਜਿੱਥੇ ਉਹਨਾਂ ਦਾ ਜੀ ਆਇਆਂ ਕੀਤਾ ਉੱਥੇ ਇਸ ਗੱਲ ਦੀ ਵੀ ਅਸੀਂ ਬੜੀ ਖੁਸ਼ੀ ਮਹਿਸੂਸ ਕੀਤੀ ਕਿ ਇੱਕ ਅਫਸਰ ਐਡੇ ਵੱਡੇ ਦਰਜੇ ਦੇ ਉਹਨਾਂ ਨੇ ਥੱਲੇ ਤੱਕਰ ਦੇ ਅਧਿਕਾਰੀਆਂ ਨਾਲ ਬੈਠ ਕੇ ਮੀਟਿੰਗ ਕਰੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਤਾਂ ਬੜਾ ਵਧੀਆ ਲੱਗਿਆ ਜੀ ਅਤੇ ਇਸ ਤਰ੍ਹਾਂ ਦੀ ਮੀਟਿੰਗ ਆਉਣ ਵਾਲੇ ਭਵਿੱਖ 'ਚ ਫਿਰ ਆਸ ਰੱਖਦੇ ਹਾਂ ਵੀ ਹੁੰਦੀ ਰਹੇ